ਦਰਸ਼ਕੋ ਪੰਜਾਬ ਪਲੱਸ ਚੈਨਲ 'ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਇੱਕ ਐਸੇ ਡਾਕਟਰ ਦੇ ਨਾਲ ਗੱਲਬਾਤ ਕਰਨ ਜਿਹਨੇ 17 ਸਾਲ ਤੋਂ ਆਪਣੀ ਜ਼ਿੰਦਗੀ ਕੋਟਪੂਰਾ ਨਿਵਾਸੀਆਂ ਨੂੰ ਇਸ ਏਰੀਏ ਦੇ ਸੇਵਾ ਕਰਕੇ ਦਿੱਤੀ ਹੈ ਗੈਨੀ ਦੀ, ਔਰ ਹੁਣ ਇਹਨਾਂ ਨੇ ਆਪਣਾ ਖੁਦ ਦਾ ਜਿਹੜਾ ਵੈਂਚਰ ਖੋਲਿਆ। ਅਸੀਂ ਆਪਣੇ ਲੇਬਰ ਰੂਮ ਦੇ ਵਿੱਚ ਲੇਬਰ ਟੇਬਲਸ ਹੋ ਗਏ, ਪਲੱਸ ਮੋਨੀਟਰਸ ਹੋ ਗਏ, ਨਾਲ ਜਿਹੜੇ ਆਪਣੇ ਐਨਐਸਟੀ ਮਸ਼ੀਨ ਹੋ ਗਈ, ਇਨਫਿਊਜ਼ਨ ਪੰਪਸ ਹੋ ਗਏ, ਜੋ ਵੀ ਸਭ ਦੇ ਵਾਸਤੇ ਆਪਾਂ ਮੋਨੀਟਰ ਕਰਨ ਵਾਸਤੇ ਪੇਸ਼ੈਂਟ ਨੂੰ ਵਾਰਮ ਐਨਵਾਇਰਮੈਂਟ ਜਿਹੜਾ ਦੇਣਾ ਹੈਗਾ ਆ। ਦਰਸ਼ਕੋ ਪੰਜਾਬ ਪਲੱਸ ਚੈਨਲ 'ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਇੱਕ ਐਸੇ ਡਾਕਟਰ ਦੇ ਨਾਲ ਗੱਲਬਾਤ ਕਰਨ ਜਿਹਨੇ 17 ਸਾਲ ਤੋਂ ਆਪਣੀ ਜ਼ਿੰਦਗੀ ਕੋਟਪੂਰਾ ਨਿਵਾਸੀਆਂ ਨੂੰ ਇਸ ਏਰੀਏ ਦੇ ਸੇਵਾ ਕਰਕੇ ਦਿੱਤੀ ਹੈ ਗੈਨੀ ਦੀ, ਔਰ ਹੁਣ ਇਹਨਾਂ ਨੇ ਆਪਣਾ ਖੁਦ ਦਾ ਜਿਹੜਾ ਵੈਂਚਰ ਖੋਲਿਆ। ਡਾਕਟਰ ਬਲਜੀਤ ਸਾਡੀ ਮੁਰਾਦ ਹੈ, ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਥੈਂਕ ਯੂ ਸੋ ਮੱਚ। ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡਾ ਜੋ ਤੁਸੀਂ ਮੈਨੂੰ ਇਸ ਇੰਟਰਵਿਊ ਵਾਸਤੇ ਸਿਲੈਕਟ ਕੀਤਾ ਹੈ, ਔਰ ਥੈਂਕ ਯੂ ਸੋ ਮੱਚ। ਦੱਸੋ ਕੀ ਕਹਿਣਾ ਚਾਹੋਗੇ ਕਿ ਤੁਸੀਂ ਲੰਬੀ ਚਿਰ ਸੇਵਾ ਕੀਤੀ ਹੈ ਗਾਇਨੀ ਦੇ ਵਿੱਚ, ਔਰ ਬੜੀ ਫੁੱਟਫਾਲ ਸੀਗੀ ਕਿਉਂਕਿ ਹੋਸਪਿਟਲਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਪੇਸ਼ੈਂਟਸ ਨੂੰ ਤੁਸੀਂ ਟ੍ਰੀਟ ਕੀਤਾ, ਔਰ ਹੁਣ ਤੁਸੀਂ ਆਪਣਾ ਜਿਹੜਾ ਵੈਂਚਰ ਖੋਲਿਆ ਉਹ ਵੀ ਇੱਕ ਐਸਾ ਵੈਂਚਰ ਖੋਲਿਆ ਜਿਹਦੇ ਵਿੱਚ ਹਰ ਚੀਜ਼ ਦੀ ਫੈਸਿਲਿਟੀ ਜਿਹੜੀ ਹੈਗੀ ਹੈ ਗਾਇਨੀ ਦੇ ਰਿਲੇਟਡ ਪੇਸ਼ੈਂਟਸ ਨੂੰ ਮਿਲਣ ਜਾ ਰਹੀ ਹੈ। ਹਾਂਜੀ, ਪਹਿਲਾਂ ਮੈਂ ਗਵਰਨਮੈਂਟ ਸੈਕਟਰ ਦੇ ਵਿੱਚ ਤਕਰੀਬਨ 14 ਈਅਰਸ ਦਾ ਮੈਂ ਕੰਮ ਕੀਤਾ ਹੈ। ਉੱਥੇ ਵੀ ਮੇਰਾ ਬਹੁਤ ਅੱਛਾ ਐਕਸਪੀਰੀਅੰਸ ਰਿਹਾ, ਕਾਫੀ ਪੇਸ਼ੈਂਟਸ ਨੂੰ ਟ੍ਰੀਟ ਕੀਤਾ ਆ, ਅਤੇ ਉਹਨਾਂ ਨੂੰ ਜਿਵੇਂ ਦੀਆਂ ਸੇਵਾਵਾਂ ਦੇਣੀਆਂ ਚਾਹੀਦੀਆਂ ਆ ਗਵਰਨਮੈਂਟ ਪੱਧਰ ਦੇ ਵਿੱਚ, ਜੋ ਚੀਜ਼ਾਂ ਦੀ ਸੀ ਉਹ ਅਸੀਂ ਉਸ ਹਿਸਾਬ ਦੇ ਨਾਲ ਫੈਸਿਲਿਟੀਜ਼ ਪ੍ਰੋਵਾਈਡ ਕਰਵਾਈਆਂ। ਹੁਣ ਉਸ ਤੋਂ ਬਾਅਦ ਨੂੰ ਹੁਣ ਮੈਂ ਆਪਣਾ ਪ੍ਰਾਈਵੇਟ ਸੈਟਅਪ ਸਟਾਰਟ ਕੀਤਾ ਹੈਗਾ, ਉਹਦੇ ਵਿੱਚ ਹੁਣ ਡਿਲੀਵਰੀਜ਼ ਨੋਰਮਲ ਡਿਲੀਵਰੀਜ਼ ਹੋ ਗਿਆ, ਸਿਜ਼ੇਰੀਅਨਸ ਹੋ ਗਏ, ਹਾਈ ਰਿਸਕ ਪ੍ਰੈਗਨੈਂਸੀਜ਼ ਹੋ ਗਈਆਂ, ਫਿਰ ਜਿਹੜੇ ਗਾਇਨਕੋਲੋਜੀਕਲ ਹੋਰ ਪ੍ਰੋਬਲਮਸ ਹੈਗੀਆਂ ਆ ਉਹਨਾਂ ਦੇ ਵਾਸਤੇ ਜਿਹੜੇ ਵੀ ਮੈਡੀਕਲ ਟ੍ਰੀਟਮੈਂਟ ਹੋ ਗਏ, ਬਾਕੀ ਓਪਰੇਸ਼ਨਸ ਵਗੈਰਾ ਹੋ ਗਏ, ਉਹ ਸਾਰੀਆਂ ਫੈਸਿਲਿਟੀਜ਼ ਹੁਣ ਆਪਾਂ ਇਸ ਹੋਸਪਿਟਲ ਦੇ ਵਿੱਚ ਜ਼ਰੂਰ ਪ੍ਰੋਵਾਈਡ ਕਰਵਾਵਾਂਗੇ, ਔਰ ਉਹਨਾਂ ਨੂੰ ਪੇਸ਼ੈਂਟਸ ਦੀ ਜਿਹੜੀ ਕੇਅਰ ਹੈ ਔਰ ਉਹਨਾਂ ਦਾ ਜਿਹੜਾ ਮੈਂਟਲ ਸਪੋਰਟ ਔਰ ਜਿਹੜਾ ਉਹਨਾਂ ਦਾ ਬਾਕੀ ਜਿਹੜਾ ਉਹਨਾਂ ਨੂੰ ਮਤਲਬ ਜੋ ਵੀ ਆਪਾਂ ਨੂੰ ਹੋ ਸਕਦਾ ਉਹਨਾਂ ਦੀ ਕੇਅਰ ਵਾਸਤੇ, ਅਸੀਂ ਜ਼ਰੂਰ ਆਪਣੇ ਵੱਲੋਂ ਸਸ਼ਕਤ ਹੋ ਕੇ ਆਪਾਂ ਉਹਨਾਂ ਨੂੰ ਜ਼ਰੂਰ ਆਪਣੇ ਵੱਲੋਂ ਚੰਗੀ ਤੋਂ ਚੰਗੀ ਟ੍ਰੀਟਮੈਂਟ ਦੇਣ ਦੀ ਕੋਸ਼ਿਸ਼ ਕਰਾਂਗੇ। ਟਰਸ਼ੀ ਕੇਅਰ ਜਿਹੜੀ ਤੁਹਾਡੇ ਮਾਈਂਡ ਸੀਗੀ ਉਹ ਤੁਸੀਂ ਇੱਥੇ ਦੇਣ ਜਾ ਰਹੇ ਹੋ। ਰੂਮਸ ਆ ਜਿਹੜੇ ਉਹ ਬੜੀ ਵਧੀਆ ਵਾਤਾਕਨੂਲ ਜਿਹੜੇ ਰੂਮ ਬਣਾਏ ਨੇ, ਡਿਲੀਵਰੀ ਦੇ ਲਈ ਵੀ ਬਹੁਤ ਵਧੀਆ ਜਿਹੜਾ ਸਿਸਟਮ ਸੈਟਅਪ ਕੀਤਾ ਹੈਗਾ। ਕੀ ਕਹਿਣਾ ਚਾਹੋਗੇ ਕਿ ਹਰ ਚੀਜ਼ ਦੇ ਵਿੱਚ ਇੱਕ ਕ੍ਰੀਏਟਿਵਿਟੀ ਲਿਆਉਂਦੀ ਹੈਗੀ ਆ, ਔਰ ਕੋਟਪੂਰੇ ਦੇ ਏਰੀਏ 'ਚ ਕੋਈ ਵੀ ਐਸਾ ਹੋਸਪਿਟਲ ਹਾਲ ਤੱਕ ਨਹੀਂ ਸੀਗਾ ਗਾਇਨੀ ਦਾ ਜਿਹੜਾ ਤੁਸੀਂ ਬਣਾਉਣ ਜਾ ਰਹੇ ਹੋ? ਹਾਂਜੀ, ਦੇਖੋ ਜਿਵੇਂ ਜਿਵੇਂ ਤਕਨੀਕਾਂ ਆਪਾਂ ਨਵੇਂ ਐਰੇ ਦੇ ਵਿੱਚ ਆਏ ਹਾਂ, ਉਹਦੇ ਵਿੱਚ ਸਾਨੂੰ ਜਿਹੜਾ ਤਜੁਰਬਾ ਆ ਨਾਲ ਉਹਦੇ ਨਾਲ ਮਸ਼ੀਨਰੀ ਜਿਹੜੀ ਹੁੰਦੀ ਹੈਗੀ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ, ਆਪਣੇ ਆਪ ਨੂੰ ਅਪ ਟੂ ਡੇਟ ਜਿਵੇਂ ਕਰਨਾ ਹੁੰਦਾ।
ਤੇ ਉਸ ਹਿਸਾਬ ਦੇ ਨਾਲ ਅਸੀਂ ਆਪਣੇ ਲੇਬਰ ਰੂਮ ਦੇ ਵਿੱਚ ਲੇਬਰ ਟੇਬਲਸ ਹੋ ਗਏ ਪਲੱਸ ਮੋਨੀਟਰਸ ਹੋ ਗਏ ਨਾਲ ਜਿਹੜੇ ਆਪਣੇ ਐਨਐਸਟੀ ਮਸ਼ੀਨ ਹੋ ਗਈ ਇਨਫਿਊਜ਼ਨ ਪੰਪਸ ਹੋ ਗਏ ਜੋ ਜੋ ਵੀ ਇਹ ਸਭ ਦੇ ਵਾਸਤੇ ਆਪਾਂ ਮੋਨੀਟਰ ਕਰਨ ਵਾਸਤੇ ਪੇਸ਼ੈਂਟ ਨੂੰ ਵਾਰਮ ਐਨਵਾਇਰਮੈਂਟ ਜਿਹੜਾ ਦੇਣਾ ਹੈਗਾ ਆ ਉਹ ਸਾਰੇ ਆਪਾਂ ਕੋਸ਼ਿਸ਼ ਕੀਤਾ ਹੈ ਕਿ ਸਭ ਪ੍ਰੋਪਰ ਹਾਈਜੀਨ ਦੇ ਨਾਲ ਅਤੇ ਸੋਹਣੀ ਤਰ੍ਹਾਂ ਆਪਾਂ ਸਾਰੀਆਂ ਚੀਜ਼ਾਂ ਜਿਹੜੇ ਕਾਇਦੇ ਦੇ ਹਿਸਾਬ ਦੇ ਨਾਲ ਜੋ ਉਹਨਾਂ ਨੂੰ ਜ਼ਰੂਰਤ ਹੈ ਉਹ ਅਸੀਂ ਪ੍ਰੋਵਾਈਡ ਕਰਵਾਈਏ ਔਰ ਉਸ ਸਰਵਿਸਿਸ ਨੂੰ ਪ੍ਰੋਵਾਈਡ ਕਰਨ ਦੇ ਅਸੀਂ ਇੱਕ ਕੋਸ਼ਿਸ਼ ਕੀਤੀ ਹੈ ਅਤੇ ਅਸੀਂ ਉਸ ਕੋਸ਼ਿਸ਼ ਦੇ ਵਿੱਚ ਜ਼ਰੂਰ ਕਾਮਯਾਬ ਹੋਵਾਂਗੇ ਇਹਦੀ ਕੋਸ਼ਿਸ਼ ਨੂੰ ਪਰਮਾਤਮਾ ਇਸ ਚੀਜ਼ ਨੂੰ ਭਾਗ ਲਾਵੇ ਸਾਡੇ ਨੂੰ ਸਾਡੀਆਂ ਸਰਵਿਸਿਸ ਨੂੰ ਲੋਕ ਸਰਾਹਣ ਇੱਥੇ ਜੋ ਵੀ ਆਵੇ ਵਧੀਆ ਤੰਦਰੁਸਤ ਹੋ ਕੇ ਜਾਵੇ ਹੋਰ ਗਾਂ ਹੋਰ ਉਹ ਇਸ ਚੀਜ਼ ਨੂੰ ਵਧਾਵਾ ਦੇਵੇ ਕਿ ਹਾਂ ਵਾਕਈ ਸਾਡੀਆਂ ਸਰਵਿਸਿਸ ਬਹੁਤ ਵਧੀਆ ਹੈਗੀਆਂ ਡਾਕਟਰ ਸੋਨੇ ਅਤੇ ਸੁਹਾਗਾ ਜੋ ਅਲਟਰਾਸਾਊਂਡ ਇਨ ਹਾਊਸ ਹੈਗਾ ਜਿਹਦੇ ਵਿੱਚ ਹਰ ਤਰ੍ਹਾਂ ਦੀਆਂ ਫੈਸਿਲਿਟੀਆਂ ਅਵੇਲੇਬਲ ਹੈਗੀਆਂ ਉਹਦੇ ਵਿੱਚ ਹੀ ਸਕੈਨ ਸੈਂਟਰ ਆਪਣੇ ਕੋਲ ਹੈਗਾ ਕੀ ਕਹਿਣਾ ਚਾਹੋਗੇ ਕਿ ਇਸ ਹੋਸਪਿਟਲ ਦੇ ਵਿੱਚ ਜਿਹੜੇ ਵੀ ਪੇਸ਼ੈਂਟ ਆਉਣਗੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਬਾਹਰ ਜਾਣ ਦੀ ਲੋੜ ਨਹੀਂ ਗੈਨੀ ਦੇ ਰਿਲੇਟਡ ਉਹ ਸਾਰੀਆਂ ਫੈਸਿਲਿਟੀਆਂ ਉਹਨਾਂ ਨੂੰ ਇੱਕੋ ਛੱਤ ਦੇ ਥੱਲੇ ਮਿਲਣਗੀਆਂ ਔਰ ਸਕੈਨ ਸੈਂਟਰ ਵੀ ਸਾਡਾ ਜਿਹੜਾ ਗੌਰਮੈਂਟ ਤੋਂ ਅਪਰੂਵਡ ਹੈ ਹਾਂਜੀ ਸਾਡੇ ਕੋਲ ਜਿਹੜਾ ਸਕੈਨ ਸੈਂਟਰ ਹੈਗਾ ਉੱਥੇ ਆਪਣੇ ਅਲਟਰਾਸਾਊਂਡ ਦੀ ਮਸ਼ੀਨ ਵਨ ਆਫ ਦਾ ਬੈਸਟ ਵਨ ਹੈ ਉਹਦੇ ਵਿੱਚ ਸਾਡੇ ਰੇਡੀਓਲੋਜਿਸਟ ਜਿਹੜੇ ਆ ਉਹ ਕਾਫੀ ਰਿਨਾਊਂਡ ਹੈ ਡਾਕਟਰ ਜਸਬੀਰ ਸਿੰਘ ਉਹ ਸਰਵਿਸਿਸ ਵਗੈਰਾ ਉਹ ਬਹੁਤ ਅੱਛੀ ਪ੍ਰੋਵਾਈਡ ਪਹਿਲਾਂ ਤੋਂ ਕਰ ਰਹੇ ਆ ਔਰ ਇਹਦੇ ਵਿੱਚ ਹੁਣ ਪੇਸ਼ੈਂਟਸ ਨੂੰ ਬਹੁਤ ਸੌਖਾ ਹੋ ਜਾਏਗਾ ਕਿ ਇੱਥੋਂ ਐਗਜ਼ਾਮਿਨ ਕੀਤਾ ਨਾਲੋਂ ਨਾਲ ਉਹਨਾਂ ਦੀ ਇਨਵੈਸਟੀਗੇਸ਼ਨਸ ਜਿਹੜੀਆਂ ਰੇਡੀਓਲੋਜੀਕਲ ਉਹ ਇੱਥੇ ਹੋ ਜਾਣਗੀਆਂ ਬਾਕੀ ਅਸੀਂ ਪੈਥੋਲੋਜੀ ਦੀ ਵੀ ਜਿਹੜੀ ਸਰਵਿਸਿਸ ਪ੍ਰੋਵਾਈਡ ਕਰਾ ਰਹੇ ਹਾਂ ਉੱਥੇ ਸਾਡੇ ਨਾਲ ਡਾਕਟਰ ਹੀਨਾ ਹੈ ਪੈਥੋਲੋਜਿਸਟ ਨੇ ਅਤੇ ਉਹਨਾਂ ਦੀਆਂ ਵੀ ਜਿਹੜੀਆਂ ਇਨਵੈਸਟੀਗੇਸ਼ਨਸ ਹੈ ਔਰ ਉਹਨਾਂ ਦੇ ਫੁੱਲੀ ਅਪਰੂਵਡ ਬਾਏ ਪੈਥੋਲੋਜਿਸਟ ਸੋ ਇੱਕ ਆਪਾਂ ਮਲਟੀ ਸਪੈਸ਼ਲਿਸਟ ਦਾ ਜਿਹੜੀ ਸੇਵਾਵਾਂ ਦੇਣੀਆਂ ਆ ਉਸ ਹਿਸਾਬ ਦੇ ਨਾਲ ਅਸੀਂ ਕੋਸ਼ਿਸ਼ ਕੀਤੀ ਹੈਗੀ ਹੈ ਸੋ ਵੀ ਵਿਲ ਕਮ ਫੋਰਵਰਡ ਵਿਦ ਗੁੱਡ ਬੈਟਰ ਫੈਸਿਲਿਟੀਜ਼ ਡਾਕਟਰ ਸਾਹਿਬ ਇਹ ਸੈਂਟਰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਇਨਫਰਟੈਲਿਟੀ ਦੇ ਤੁਸੀਂ ਪਹਿਲਾਂ ਹੀ ਬਹੁਤ ਵੱਡੇ ਪੇਸ਼ੈਂਟ ਜਿਹੜੇ ਹੈਗੇ ਆ ਬਹੁਤ ਸਾਰੇ ਪੇਸ਼ੈਂਟਸ ਨੂੰ ਜ਼ਿੰਦਗੀ 'ਚ ਸੰਤਾਨ ਸੁੱਖ ਦੀ ਪ੍ਰਾਪਤੀ ਤੁਸੀਂ ਕਰਾ ਸਕੇ ਚ ਚੁੱਕੇ ਹੋ ਔਰ ਇਹ ਸੈਂਟਰ ਹੁਣ ਵੀ ਜਿਹੜੇ ਵੀ ਬੇਲਾਦ ਜੋੜੇ ਹੋਣਗੇ ਉਹਨਾਂ ਦੇ ਲਈ ਵੀ ਇੱਕ ਵਰਦਾਨ ਹੋਏਗਾ ਕਿਉਂਕਿ ਹਰ ਤਰ੍ਹਾਂ ਦੇ ਜਿਹੜੇ ਨੋਰਮਲ ਪ੍ਰੋਸੀਜਰ ਆ ਅਪਾਰਟ ਫਰੋਮ ਆਈ ਵੀ ਐੱਫ ਇੱਥੇ ਜਿਹੜੇ ਹੈਗੇ ਆ ਉਹ ਕੀਤੇ ਜਾਣਗੇ ਹਾਂਜੀ ਜ਼ਰੂਰ ਮਤਲਬ ਉਸ ਰਿਲੇਸ਼ਨ ਦੇ ਵਿੱਚ ਜੋ ਜੋ ਵੀ ਇਨਫਰਟੀਲਿਟੀ ਦੇ ਇਨਵੈਸਟੀਗੇਸ਼ਨ ਔਰ ਜੋ ਟ੍ਰੀਟਮੈਂਟਸ ਹੈਗੇ ਆ ਆਪਾਂ ਉਸ ਨੂੰ ਹੋਰ ਅੱਛੀ ਤਰ੍ਹਾਂ ਸੇ ਪ੍ਰੋਵਾਈਡ ਕਰ ਸਕਾਂਗੇ ਉਹਦਾ ਆਪਾਂ ਪੂਰੀ ਕੋਸ਼ਿਸ਼ ਆਪਾਂ ਉਸ ਸਰਵਿਸ ਨੂੰ ਪ੍ਰੋਵਾਈਡ ਕਰਵਾਉਂਦੇ ਹੈ ਦੱਸੋ ਇੱਥੇ ਜਿਹੜਾ ਨਰਸਿੰਗ ਸਟਾਫ ਆ ਜਿੱਦਾਂ ਉਹ ਵੀ ਜਿਹੜਾ ਹਾਇਰ ਕੀਤਾ ਹੁਣ ਐਸਾ ਬੈਸਟ ਨਰਸਿੰਗ ਸਟਾਫ ਹੈ ਉਹਨਾਂ ਨੂੰ ਜਿੱਦਾਂ ਤੁਸੀਂ ਕਾਉਂਸਲ ਕੀਤਾ ਭਾਈ ਆਪਾਂ ਸੇਵਾ ਦੇਣੀ ਹੈਗੀ ਆ ਤੁਸੀਂ ਬੜਾ ਧਮਲ ਦੇ ਨਾਲ ਨਰਮੀ ਦੇ ਨਾਲ ਇੱਕ ਡਾਕਟਰ ਬਲਜੀਤ ਨੂੰ ਜਿਹੜੇ ਲੋਕ ਮਿਲ ਗਏ ਉਹ ਚੇਨ ਬਣੀ ਹੋਈ ਹੈ ਇਸ ਏਰੀਏ 'ਚ ਤੁਹਾਨੂੰ ਐਡ ਕਰਨ ਦੀ ਵੀ ਬਾਹਲੇ ਜ਼ਰੂਰਤ ਨਹੀਂ ਹੈ ਕਿਉਂਕਿ ਆਸ ਪਾਸ ਦੇ ਲੋਕਾਂ ਦੇ ਵਿੱਚ ਮੇਰਾ ਖਿਆਲ ਆ ਵੀ ਕੋਈ ਨਾ ਕੋਈ ਕਿਸੇ ਦਾ ਰਿਸ਼ਤੇਦਾਰ ਦੀ ਡਿਲੀਵਰੀ ਕੀਤੀ ਆ ਕਿਸੇ ਦੀ ਗਾਂਹ ਕੀਤੀ ਕਿਸੇ ਦੀ ਕਿੱਦਾਂ ਕੀਤੀ ਹੈ ਆਪਣਾ ਇਸ ਇਹ ਜਿਹੜਾ 14 ਸਾਲ ਜਿਹੜੇ ਤੁਸੀਂ ਦਿੱਤੇ ਆ ਉਹ ਆਸ ਪਾਸ ਦੇ ਇਲਾਕੇ ਨੂੰ ਪਿੰਡਾਂ ਨੂੰ ਔਰ ਕੋਟਕਪੂਰਾ ਸ਼ਹਿਰ ਨੂੰ ਦਿੱਤੇ ਆ ਔਰ ਉਹਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਡਿਲੀਵਰੀਆਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਮਾਈਨਰ ਪ੍ਰੋਸੀਜਰ ਜਿਹੜੇ ਹੈਗੇ ਤੁਸੀਂ ਆਪਣੇ ਹੱਥਾਂ ਨਾਲ ਕੀਤੇ ਹਾਂਜੀ ਫਿਰ ਮੈਂ ਕਹਾਂਗੀ ਇਹ ਪਰਮਾਤਮਾ ਦਾ ਬਹੁਤ ਸ਼ੁਕਰ ਗੁਜ਼ਾਰ ਹਾਂ ਕਿ ਮੈਨੂੰ ਇਸ ਲਾਇਕ ਮੈਨੂੰ ਉਹਨਾਂ ਨੇ ਬਣਾਇਆ
ਅਤੇ ਮੈਂ ਜਿਹੜੀਆਂ ਸਰਵਿਸਿਜ਼ ਪ੍ਰੋਵਾਈਡ ਕਰਨ ਦਾ ਫਿਰ ਮੈਂ ਕਹਾਂਗੀ ਕਿ ਮੈਂ ਨਹੀਂ ਕੀਤਾ, ਪਰਮਾਤਮਾ ਨੇ ਮੇਰੇ ਹੱਥੋਂ ਕਰਵਾਇਆ ਹੈ ਇਹ। ਮੈਂ ਆਪਣੇ ਵਸੂਲ ਲੈ ਕੇ ਚੱਲਦੀ, ਜੇ ਜਿੱਥੇ ਕਹਿੰਦੇ ਨਾ ਮੈਂ ਆ ਜਾਵੇ ਉੱਥੇ ਕਹਿੰਦੇ ਈਗੋ ਆ ਜਾਂਦੀ ਆ। ਤੁਸੀਂ ਕਿਸੇ ਵੀ ਉਚਾਈ ਦੇ ਵਿੱਚ ਪਹੁੰਚੋ ਉਹਦੇ ਵਿੱਚ ਈਗੋ ਨਹੀਂ ਹੋਣੀ ਚਾਹੀਦੀ, ਕਿਉਂਕਿ ਫਿਰ ਅਸੀਂ ਕਹਾਂਗੇ ਕਿ ਐਵਰੀ ਡੇ ਵੀ ਲਰਨ ਐਂਡ ਜੋ ਵੀ ਆਪਾਂ ਸਰਵਿਸਿਸ ਪ੍ਰੋਵਾਈਡ ਕਰਵਾਏ ਪਰਮਾਤਮਾ ਹਲੀਮੀ ਦੇ ਵਿੱਚ ਉਹ ਕੰਮ ਕਰਾਵੇ। ਹੱਥ ਮੇਰੇ ਕਰਾਉਣ ਵਾਲਾ ਪਰਮਾਤਮਾ, ਹੋਰ ਜਿਹੜਾ ਵੀ ਆਵੇ ਮੈਂ ਉਹਨੂੰ ਸਰਵਿਸਿਸ ਮਤਲਬ ਚੰਗੀ ਤਰ੍ਹਾਂ ਪ੍ਰੋਵਾਈਡ ਕਰਾ ਕੇ ਉਹ ਤੰਦਰੁਸਤ ਹੋ ਕੇ ਜਾਵੇ। ਇਹ ਮੈਂ ਅਜੇ ਵੀ ਅਰਦਾਸ ਕਰਾਂਗੀ ਮੈਂ, ਕਿਉਂਕਿ ਮੈਂ ਪਰਮਾਤਮਾ ਨੂੰ ਬਹੁਤ ਮੰਨਦੀ ਹਾਂ ਔਰ ਮੈਂ ਮੇਰੇ ਦੇ ਵਿੱਚ ਮੈਂ ਨਾ ਆਵੇ ਇਹ ਮੈਂ ਅਜੇ ਵੀ ਪਰਮਾਤਮਾ ਦੇ ਅੱਗੇ ਅਰਦਾਸ ਕਰਾਂਗੀ। ਇਹਦੇ ਵਿੱਚ ਮਤਲਬ ਮੈਂ ਜੇ ਕਹੂੰਗੀ ਕਿ ਮੈਂ ਸਾਰਾ ਕੁਛ ਕਹਿੰਦਾ ਪਰਮਾਤਮਾ ਨੇ ਮੈਨੂੰ ਇਸ ਸਤਵਾਨ ਚ ਜਾਣਾ, ਇਸ ਸਥਾਨ ਦੇ ਵਿੱਚ ਪਹੁੰਚਵਾਇਆ ਕਿ ਮੈਂ ਕੰਮ ਕਰ ਸਕ ਰਹੀ ਹਾਂ। ਹੋਰ ਗਾਂ ਵੀ ਪਰਮਾਤਮਾ ਹੀ ਮੇਰੇ ਰਾਈ ਕਰਵਾਵੇ ਉਹੋ ਜਿਹੇ ਕੰਮ ਜੋ ਉਹਨੂੰ ਮਨਜ਼ੂਰ ਹੈ, ਔਰ ਪਰਮਾਤਮਾ ਉਹਨਾਂ ਬੰਦਿਆਂ ਨੂੰ ਸਾਰਿਆਂ ਨੂੰ ਤੰਦਰੁਸਤ ਕਰਕੇ ਭੇਜੇ। ਡਾਕਟਰ ਸਾਹਿਬ ਤੁਹਾਨੂੰ ਵਧਾਈਆਂ, ਅਸੀਂ ਪਹਿਲਾਂ ਗੌਰਮੈਂਟ ਸਰਵਿਸ ਦੇ ਦੌਰਾਨ ਤੁਹਾਡੀ ਇੰਟਰਵਿਊ ਕੀਤੀ ਸੀ ਮੇਰਾ ਖਿਆਲ ਆ ਜੁਲਾਈ ਦੇ ਵਿੱਚ ਹੀ, ਔਰ ਉਸ ਟਾਈਮ 'ਤੇ ਵੀ ਅਸੀਂ ਮਹਿਸੂਸ ਕੀਤਾ ਸੀਗਾ ਵੀ ਇਸ ਏਰੀਏ ਦੇ ਵਿੱਚ ਡਾਕਟਰ ਸਾਹਿਬ ਬਹੁਤ ਲੋੜ ਹੈਗੀ ਆ ਗੈਨਕੋਲੋਜਿਸਟ ਦੀ, ਆਬਸਟੀਸ਼ੀਅਨ ਦੀ, ਔਰ ਲੋਕ ਵੀ ਬਹੁਤ ਜ਼ਿਆਦਾ ਕਹਿ ਰਹੇ ਸੀ। ਸਾਨੂੰ ਬੜੀ ਖੁਸ਼ੀ ਹੈ ਕਿ ਸਾਡੀ ਭੈਣ ਇਸ ਵੈਂਚਰ ਦੇ ਨਾਲ ਲੋਕਾਂ ਨੂੰ ਸੇਵਾ ਦੇਵੇਗੀ। ਦਰਸ਼ਕੋ ਇੱਕ ਵਾਰੀ ਤੁਸੀਂ ਕੋਈ ਵੀ ਤੁਹਾਨੂੰ ਗਾਇਨੀ ਦੇ ਨਾਲ ਰਿਲੇਟਡ ਕੋਈ ਚੀਜ਼ ਹੈ, ਪ੍ਰੈਗਨੈਂਸੀ ਦੇ ਵਿੱਚ ਕੋਈ ਇਨਫਰਟੈਲਿਟੀ ਦੀ ਪ੍ਰੋਬਲਮ ਹੈਗੀ ਆ, ਤੁਸੀਂ ਜ਼ਰੂਰ ਆਓ ਇੱਕ ਵਾਰੀ ਅਤੇ ਸਾਡੇ ਡਾਕਟਰ ਬਲਜੀਤ ਨੂੰ ਜ਼ਰੂਰ ਮਿਲੋ, ਇੱਕ ਵਾਰੀ ਆ ਕੇ ਮਿਲੋ, ਤੁਸੀਂ ਤੁਹਾਨੂੰ ਵਧੀਆ ਰਿਜ਼ਲਟ ਮਿਲਣਗੇ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ। ਡਾਕਟਰ ਸਾਹਿਬ ਵਧਾਈ ਦੇ ਪਾਤਰ ਹੋ ਕਿ ਅਸੀਂ 5 ਮਹੀਨੇ ਪਹਿਲਾਂ ਜਦੋਂ ਆਏ ਹਾਂ ਅਤੇ ਉਦੋਂ ਸਾਡੇ ਮਨ 'ਚ ਹੀ ਸੀਗੀ ਇਹ ਗੱਲ, ਔਰ ਅੱਜ ਇੱਕ ਮਲਟੀ ਸਪੈਸ਼ਲਿਟੀ ਵੈਂਚਰ ਜਿਹੜਾ ਇੱਥੇ ਖੁੱਲ੍ਹਿਆ ਜਿਹਦੇ ਵਿੱਚ ਲੋਕ ਆ ਜਿਹੜੇ ਦੂਰੋਂ ਦੂਰੋਂ ਗੱਲਾਂ ਕਰਦੇ ਵੀ ਡਾਕਟਰ ਜਸਵੀਰ ਘਿਓਰਿਆਂ ਨੇ, ਡਾਕਟਰ ਮਨਜੀਤ ਨੇ ਤਾਂ ਬਹੁਤ ਸੋਹਣਾ ਹੋਸਪਿਟਲ ਬਣਾਇਆ, ਔਰ ਜਿਹਦੇ ਵਿੱਚ ਹਰ ਅਲਟਰਾ ਮਾਡਰਨ ਜਿਹੜੀ ਹੈਗੀ ਫੈਸਿਲਿਟੀ ਅਵੇਲੇਬਲ ਹੋਊਗੀ, ਕੀ ਕਹਿਣਾ ਚਾਹੁੰਦੇ? ਬਿਲਕੁਲ ਰਿਚੀ ਜੀ, ਸਾਡਾ ਸ਼ੁਰੂ ਤੋਂ ਹੀ ਅਸੀਂ ਕੁਆਲਿਟੀ ਨੂੰ ਮਤਲਬ ਪ੍ਰੈਫਰੈਂਸ ਮਤਲਬ ਫਸਟ ਰੱਖਦੇ ਹਾਂ, ਬਾਕੀ ਕੋਸਟ ਵਾਈਜ਼ ਜੋ ਉਹ ਪੇਸ਼ੈਂਟ ਦੀ ਜਾਨ ਨਾਲੋਂ ਕੀਮਤੀ ਤਾਂ ਕੁਛ ਵੀ ਨਹੀਂ ਹੁੰਦਾ। ਇਸ ਲਈ ਅਸੀਂ ਕੋਈ ਵੀ ਮਸ਼ੀਨਰੀ ਹੈ, ਹੁਣ ਜਿਸ ਤਰ੍ਹਾਂ ਅਸੀਂ MRI ਵੀ ਲੇਟੈਸਟ ਲਗਾਈ ਹੈ, ਅਲਟਰਾਸਾਊਂਡ ਸਾਡੇ ਕੋਲ ਪੰਜਾਬ 'ਚ 2 ਜਾਂ 3 ਮਸ਼ੀਨਾਂ ਹੀ ਹੈ ਜਿਹੜੀਆਂ ਵੋਲੂਸਨ E10 ਅਸੀਂ ਇੰਸਟਾਲ ਕੀਤੀ ਸੀ। ਉਸ ਤਰ੍ਹਾਂ ਹੀ ਫਿਰ ਅਸੀਂ ਹੁਣ ਗਾਇਨੀ ਦੇ ਆਪਸ ਦੇ ਸੈਟਅਪ ਵਿੱਚ ਵੀ ਅਸੀਂ ਜਿਹੜਾ ਹੈਗਾ ਇਕਿਪਮੈਂਟ ਹੈ ਜਿਹੜਾ ਉਹ ਵਰਲਡ ਕਲਾਸ, ਅਤੇ ਸਾਰਾ ਰੂਮਸ ਹੈ ਜਿਹੜੇ ਸਾਡੇ ਉਹ ਵੀ ਰੂਮ ਸਾਰੇ AC ਹੈ, ਹੋਟ ਐਂਡ ਕੋਲਡ AC ਹੈਗੇ ਹੈ ਸਾਰੇ। ਸਰਦੀਆਂ 'ਚ ਮਤਲਬ ਪੇਸ਼ੈਂਟ ਬਹੁਤ ਜ਼ਿਆਦਾ ਉਹਨੂੰ ਠੰਡ ਮਹਿਸੂਸ ਕਰਦਾ, ਉਹਦੇ ਲਈ ਅਸੀਂ ਉਹਨੂੰ ਵਾਰਮ ਟੈਂਪਰੇਚਰ ਮਤਲਬ ਪੂਰਾ ਕੋਜ਼ੀ ਕਮਰੇ ਰੱਖੇ ਹੋਏ ਹੈ, ਅਤੇ ਹੋਰ ਵੀ ਇਕਿਪਮੈਂਟ ਹੈ ਸਾਡੀ ਲੇਟੈਸਟ ਅਸੀਂ ਸਾਰੀ ਰੱਖੀ ਹੋਈ ਹੈ, ਪੇਸ਼ੈਂਟ ਦਾ ਕੰਫਰਟ ਦਾ ਪੂਰਾ ਧਿਆਨ ਰੱਖੀਦਾ। ਬਾਕੀ ਮੈਡਮ ਨੂੰ 15 ਸਾਲ ਸਿਵਲ ਹੋਸਪਿਟਲ 'ਚ ਇਹਨਾਂ ਦਾ ਐਕਸਪੀਰੀਅੰਸ ਹੋ ਗਿਆ, ਸੋ ਪੇਸ਼ੈਂਟ ਲਈ ਮਤਲਬ ਇਹ ਅਸੀਂ ਫੈਸਿਲਿਟੀ ਦੇ ਰਹੇ ਹੈਗੇ ਹਾਂ ਲੇਟੈਸਟ। ਦੱਸੋ ਕੀ ਕਹਿਣਾ ਚਾਹੋਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਜਿਹੜੀ ਹੈਗੀਆਂ ਗੌਰਮੈਂਟ ਦੀਆਂ ਸਕੀਮਾਂ, ਸਟਾਰ ਦੇ ਜਿਹੜੇ ਹੈਗੇ ਆ, ਹੈਲਥ ਦੇ ਜਿਹੜੇ ਹੈਗੇ ਆ, ਹਰ ਚੀਜ਼ ਨੂੰ ਅਸੀਂ ਇੱਕ ਬਹੁਤ ਜਲਦੀ ਇਹਨਾਂ ਚੀਜ਼ਾਂ ਨੂੰ ਅਸੀਂ ਅਪਲਾਈ ਕਰਾਂਗੇ ਜਿਹਦੇ ਨਾਲ ਉਹ ਲੋਕ ਜਿਹੜੇ ਇਹਨਾਂ ਸਬਸਿਡੀ ਦੇ ਲਈ ਆਯੁਸ਼ਮਾਨ ਭਾਵ ਹੈ ਜਾਂ ਕੋਈ ਹੋਰ ਸਕੀਮਾਂ ਜਿਹੜੀਆਂ ਹੈਗੀਆਂ ਜਾਂ ਮਿਲਟਰੀ ਦੀਆਂ ਸਕੀਮਾਂ, ਕੋਸ਼ਿਸ਼ ਕਰਾਂਗੇ ਕਿ ਜਲਦੀ ਤੋਂ ਜਲਦੀ ਇਸ ਹੋਸਪਿਟਲ ਨੂੰ ਅਸੀਂ ਉਹਨਾਂ ਦੇ ਨਾਲ ਜੋੜੀਏ ਜਿਹਦੇ ਨਾਲ ਪੇਸ਼ੈਂਟਾਂ ਦਾ ਹੋਰ ਫਾਇਦਾ। ਨਹੀਂ ਬਿਲਕੁਲ ਬਿਲਕੁਲ, ਅਸੀਂ ਤਾਂ ਵੈਸੇ ਹੀ ਜਿਹੜੇ ਪੇਸ਼ੈਂਟ ਜਿਹੜਾ ਹੁਣ ਜਿੰਨੇ ਵੀ ਅਸੀਂ ਥੋੜ੍ਹੇ ਦਿਨਾਂ 'ਚ ਓਪਰੇਟ ਵਗੈਰਾ ਕੀਤੇ ਹੈ
ਉਹ ਪੇਸ਼ੈਂਟ ਪੂਅਰ ਹੈ, ਅਸੀਂ ਉਹਨੂੰ ਫੈਸਿਲਿਟੀ 5 star ਹੀ ਦੇਣੀ ਹੈ, ਅਸੀਂ ਉਹਨੂੰ ਹੋਸਪਿਟਲ ਮਤਲਬ ਫੈਸਿਲਿਟੀਜ਼ ਕੰਪਰੋਮਾਈਜ਼ ਨਹੀਂ ਕਰਨਾ, ਬਟ ਉਹ ਜੇ ਕੋਸਟ ਨਹੀਂ ਦੇ ਸਕਦਾ ਚਲੋ ਅਸੀਂ ਉਹਨੂੰ ਉਹ ਕਨਸੈਸ਼ਨ ਦੇ ਦਿੰਦੇ ਹੈਗੇ, ਪੇਸ਼ੈਂਟ ਨਹੀਂ ਅਫੋਰਡ ਕਰ ਸਕਦਾ ਉਹ, ਬਟ ਅਸੀਂ ਕੁਆਲਿਟੀ 'ਚ ਕੰਪਰੋਮਾਈਜ਼ ਕਿਤੇ ਵੀ ਨਹੀਂ ਕਰਦੇ। ਅਸਰ ਕੀ ਕਹਿਣਾ ਚਾਹੋਗੇ ਕਿ ਆਉਣ ਵਾਲੇ ਸਮੇਂ ਤੁਸੀਂ ਪਿੰਡਾਂ ਨੂੰ ਵੀ ਅਡੋਪਟ ਕਰ ਰਹੇ ਹੈਗੇ ਆ, ਜਿਹੜੇ ਪਿੰਡ ਆ, ਪਿੰਡ ਦੇ ਪਿੰਡ ਅਡੋਪਟ ਹੋਣਗੇ ਵੀ, ਹਰ ਪਿੰਡ ਦੇ ਜਿਹੜਾ ਵੀ ਵਾਸੀ ਆਊਗਾ ਉਹਨਾਂ ਨੂੰ ਅਸੀਂ ਸਪੈਸ਼ਲ ਡਿਸਕਾਊਂਟ ਦੇਵਾਂਗੇ। ਅਸੀਂ ਧਾਰਮਿਕ ਸਥਾਨਾਂ ਦੇ ਨਾਲ ਅਟੈਚ ਹੋ ਰਹੇ ਹਾਂ, ਜਿਹਨਾਂ ਨੂੰ ਅਸੀਂ ਇੱਕ ਮਤਲਬ ਐਸੀ ਹੋਏਗੀ ਕਿ ਜਿਹੜੀ ਉਹਨਾਂ ਦੀ ਪਰਚੀ ਆ ਜਾਏਗੀ ਧਾਰਮਿਕ ਸਥਾਨ ਦੀ, ਤਾਂ ਅਸੀਂ ਉਹਨਾਂ ਨੂੰ ਇੱਕ ਰਿਲੈਕਸੀਬਲ ਜਿਹਾ ਜਿਹੜਾ ਕੰਮ ਕਰ। ਬਿਲਕੁਲ, ਸਾਡਾ ਹਮੇਸ਼ਾ ਹੀ ਫਲੈਕਸੀਬਲ ਹੈ, ਕੋਈ ਇਹ ਨਹੀਂ ਹੈ। ਚਾਰਜਸ ਤਾਂ ਜ਼ਰੂਰ ਜੈਨੂਅਨ ਲੱਗਦੇ, ਅਸੀਂ ਕੋਈ ਵੀ ਚੀਜ਼ ਕੁਆਲਿਟੀ, ਈਵਨ ਅਸੀਂ ਕੱਪੜਾ ਵੀ ਲੈਣ ਜਾਈਏ ਬਾਜ਼ਾਰੋਂ ਜਾਂ ਸਬਜ਼ੀ ਜਾਂ ਕੁਛ ਵੀ ਲਈਏ, ਉਹਦੇ 'ਚ ਕੁਆਲਿਟੀ ਲਵਾਂਗੇ ਤਾਂ ਪ੍ਰਾਈਜ਼ ਅੱਪ ਜਾਏਗਾ ਹੀ ਜਾਏਗਾ, ਕਿਉਂਕਿ ਫਿਰ ਕੁਆਲਿਟੀ ਮਿਲਦੀ ਨਹੀਂ ਹੈ, ਅਸੀਂ ਫਿਰ ਉਹਦੇ 'ਚ ਪੈਸੇ ਬਚਾਉਣ ਦੇ ਚੱਕਰ 'ਚ ਜਾਵਾਂਗੇ। ਇੱਥੇ ਤਾਂ ਮਰੀਜ਼ ਦੀ ਉਹਦੀ ਜਾਨ ਦਾ ਸਵਾਲ ਹੁੰਦਾ ਹੈ ਫਿਰ ਉਹ, ਬਟ ਕੋਈ ਪੇਸ਼ੈਂਟ ਨਹੀਂ ਕਰ ਸਕਦਾ, ਪਰ ਅਸੀਂ ਉਹਦੀ ਜਾਨ ਤਾਂ ਬਚਾਉਣੀ ਹੈ ਜੀ। ਬਿਲਕੁਲ, NRI ਸਾਡੇ ਬੈਲਟ ਹੁਣ, ਪਹਿਲਾਂ ਜਲੰਧਰ NRI ਬੈਲਟ ਸੀ ਸਾਡੀ, ਹੁਣ ਮੋਗਾ ਤੋਂ ਲੈ ਕੇ ਫਰੀਦਕੋਟ ਵੀ NRI ਬੈਲਟ ਦੇ ਵਿੱਚ ਕਨਵਰਟ ਹੋ ਰਹੀ ਹੈ। ਉਹਦੇ ਲਈ ਉਹੀ ਹੈ, ਅਸੀਂ ਫੈਸਿਲਿਟੀ ਦਾ ਵਰਲਡ ਕਲਾਸ ਦੇਣੇ ਹੀ ਹੈ, NRI ਜਿਹੜਾ ਉਹਨਾਂ ਨੂੰ ਉਹ ਚਾਹੀਦਾ ਹੁੰਦਾ ਕੁਆਲਿਟੀ, ਅਤੇ ਉਹ ਅਸੀਂ ਦੇ ਰਹੇ ਹਾਂ, ਬਾਕੀ ਕੋਸਟ ਵਾਈਜ਼ ਉਹਨਾਂ ਤੋਂ ਤਾਂ ਕਿਤੇ ਬਹੁਤ ਘੱਟ ਹੈ ਜੀ। ਥੈਂਕ ਯੂ ਸੋ ਮਚ। ਹਾਈ, ਵੈਲਕਮ, ਦਿਸ ਇਜ਼ ਆਵਰ ਮੇਨ OT। ਆਵਰ ਮੇਨ OT ਹੈਜ਼ ਬੀਨ ਇਕਿਊਪਡ ਵਿਦ ਹਮਾਰੇ ਜੋ ਲੇਬਰ ਟੇਬਲ ਹੈ, ਪੂਰਾ ਅੱਛਾ ਹਮਾਰਾ ਟੇਬਲ, ਉੱਪਰ ਲਾਈਟਸ ਇਹ ਦੇਖ ਸਕਤੇ ਹੈ ਕਿਤਨਾ ਅੱਛਾ ਉਸਕਾ ਫੋਕਸ ਹੈ। ਹਮਾਰਾ ਜੋ ਐਨਸਥੀਜ਼ੀਆ ਕਾ ਵਰਕ ਸਟੇਸ਼ਨ ਹੈ, ਦੈਟ ਇਜ਼ ਆਲਸੋ ਵੈਰੀ ਮਾਡਰਨ, ਐਂਡ ਇਸਮੇ ਵੈਂਟੀਲੇਸ਼ਨ ਕਾ ਸਾਥ ਮੇ ਪੂਰਾ ਫੈਸਿਲਿਟੀ ਅਵੇਲੇਬਲ ਹੈ, ਸਾਥ ਮੋਨੀਟਰਸ ਹੈ। ਇਹ ਹਮਾਰਾ ਡੀਫਿਬਰੀਲੇਟਰ ਮਸ਼ੀਨ ਹੈ, ਅਗਰ ਇਨ ਕੇਸ ਹਮਾਰੇ OT ਮੇ ਕੋਈ ਪੇਸ਼ੈਂਟ ਕੋ ਡੀਫਿਬਰੀਲੇਟ ਕਰਨੇ ਕੀ ਜ਼ਰੂਰਤ ਪੜਤੀ ਹੈ, ਤੋ ਹਮਾਰਾ ਡੀਫਿਬਰੀਲੇਟਰ ਸਾਥ ਮੇ ਅਵੇਲੇਬਲ ਹੈ, ਔਰ ਹਮਾਰੇ ਪਾਸ ਮੇ ਕੋਟਰੀ ਕੀ ਮਸ਼ੀਨ ਅਵੇਲੇਬਲ ਹੈ, ਔਰ ਹਮਾਰੇ ਸਾਰੇ ਬੇਬੀ ਕੇ ਲੀਏ ਹਮਾਰਾ ਰੇਡੀਏਟ ਵਾਰਮਰ ਅਵੇਲੇਬਲ ਹੈ, ਔਰ ਹਮਾਰੇ ਸਾਰੇ ਜੋ ਦੂਸਰੇ ਗੈਜਟਸ ਹੈ ਵੋ ਵੀ ਹਮਾਰੇ ਸਭ ਮਾਡਰਨਾਈਜ਼ਡ ਹੈ। ਹਮਾਰਾ OT ਪੂਰਾ ਵੈਲ ਇਕਿਊਪਡ ਹੈ, ਜਹਾਂ ਪੇ ਹਮ ਐਮਰਜੈਂਸੀ ਆਪਣੇ ਜੋ ਵੀ ਪੇਸ਼ੈਂਟਸ ਕੋ ਫੈਸਿਲਿਟੀ ਅਵੇਲੇਬਲ ਕਰਾਨੀ ਹੈ, ਵੋ ਸਭ ਕੁਛ ਹਮਾਰੇ ਅਵੇਲੇਬਲ ਹੈ। ਔਰ ਸਭਸੇ ਬੜੀ ਬਾਤ ਇਹ ਹੈ ਕਿ ਹਮਾਰਾ ਜੋ OT ਕਾ ਟੈਂਪਰੇਚਰ ਮੇਨਟੇਨ ਕਰਨਾ ਚਾਹੀਏ, ਵੋ ਵੈਦਰ ਕੇ ਹਿਸਾਬ ਸੇ ਹੋਟ ਐਂਡ ਕੋਲਡ AC ਪੂਰਾ ਅਵੇਲੇਬਲ ਹੈ। ਜੈਸੇ ਠੰਡ ਮੇ ਹਮੇ ਵਾਰਮ ਟੈਂਪਰੇਚਰ ਚਾਹੀਏ ਤੋ ਵੋ ਵਾਰਮ ਕਰਦੇ ਹੈ, ਔਰ ਗਰਮੀਓ ਮੇ AC ਕੀ ਜ਼ਰੂਰਤ ਹੈ ਤੋ ਵੋ ਕੂਲਿੰਗ ਫੈਸਿਲਿਟੀ ਅਵੇਲੇਬਲ ਪ੍ਰੋਵਾਈਡ ਕਰਦੇ ਹੈ। ਹਾਂਜੀ, ਇਹ ਹਮਾਰਾ ਲੇਬਰ ਰੂਮ ਹੈ ਮੇਨ OT ਕੰਪਲੈਕਸ ਮੇ। ਵੀ ਹੈਵ ਮੇਨਟੇਨਡ ਆਰ ਆਲ ਸਟੈਰਲਾਈਜੇਸ਼ਨ ਪ੍ਰੋਸੀਜਰਸ ਵੈਰੀ ਨਾਈਸਲੀ, ਔਰ ਹਮਾਰਾ ਜੋ ਲੇਬਰ ਟੇਬਲ ਹੈ ਉਹ ਵੈਲ ਮੈਕਨਾਈਜ਼ਡ ਹੈ, ਗਿਵ ਆਲ ਦਾ ਪੋਜੀਸ਼ਨਸ ਟੂ ਦਾ ਪੇਸ਼ੈਂਟਸ। ਤੋ ਜੈਸੇ ਜਿਸ ਪੋਜੀਸ਼ਨ ਮੇ ਵੀ ਪੇਸ਼ੈਂਟ ਲੇਬਰ ਪੇਨਸ ਲੈਣੇ ਮੈਂ ਕੰਫਰਟੇਬਲ ਰਹੇਗੀ, ਵੀ ਵਿਲ ਪ੍ਰੋਵਾਈਡ ਆਲ ਦੋਸ ਪੋਜੀਸ਼ਨਸ ਵਿਦ ਦਿਸ ਟੇਬਲ, ਐਂਡ ਦਿਸ ਇਜ਼ ਰੀਅਲੀ ਵੈਰੀ ਗੁੱਡ ਟੇਬਲ। ਐਂਡ ਅਗੇਨ ਹਮਾਰੇ ਸਾਥ ਮੇ ਇੱਧਰ ਕਾਰਡੀਅਕ ਮੋਨੀਟਰਸ ਵਗੈਰਾ ਸਾਰਾ ਕੁਛ ਅਵੇਲੇਬਲ ਹੈ, ਹਮਾਰਾ ਰੇਡੀਅੰਟ ਵਾਰਮਰ ਹੈ, ਔਰ ਯਹਾਂ ਪੇ ਵੀ ਹਮਾਰਾ ਜੋ AC
ਹੌਟ ਐਂਡ ਕੋਲਡ ਅਵੇਲੇਬਲ ਹੈ, ਜੋ ਪੇਸ਼ੈਂਟ ਕੋ ਵਾਰਮ ਐਟਮੋਸਫੀਅਰ ਜੋ ਚਾਹੀਏ ਉਹ ਸਾਰਾ ਕੁਛ ਹਮ ਪ੍ਰੋਵਾਈਡ ਕਰਵਾਤੇ ਹੈ ਹਮਾਰੇ ਸਾਥ ਮੇਂ ਯਹਾਂ ਹਮਨੇ ਸਾਰੇ ਆਪਣੇ ਇਕਿਉਪਮੈਂਟਸ ਪੂਰੇ ਅਪ ਟੂ ਡੇਟ ਰੱਖੇ ਹੈ, ਹਮਾਰਾ ਜੋ NST ਮਸ਼ੀਨ ਹੈ ਵੋ ਸਾਥ ਮੇਂ ਹਮਨੇ ਰੱਖਾ ਹੈ ਕਿ ਪੇਸ਼ੈਂਟ ਕਾ ਲੇਬਰ ਹਮ ਲੋਕ ਮੋਨੀਟਰ ਕਰ ਸਕੇ ਔਰ ਉਸਕੋ ਅੱਛੀ ਤਰ੍ਹਾਂ ਸੇ ਉਸਕਾ ਲੇਬਰ ਪ੍ਰੋਗਰੈਸ ਕਿਸ ਢੰਗ ਸੇ ਹੋ ਰਹਾ ਹੈ ਉਸਕਾ ਹਮ ਪ੍ਰੋਵਾਈਡ ਕਰਵਾ ਕੇ ਉਸਕੋ ਪੇਸ਼ੈਂਟ ਕੋ ਮੋਨੀਟਰ ਕਰਕੇ ਕਾ ਆਗੇ ਚੱਲ ਕੇ ਹਮ ਲੋਕ ਜੋ ਵੀ ਉਸਕਾ ਲੇਬਰ ਪ੍ਰੋਸੈਸ ਹੈ ਵੋ ਕਿਸ ਢੰਗ ਸੇ ਨੋਰਮਲ ਜਾ ਰਹਾ ਹੈ ਜਾਂ ਅਬਨੋਰਮਲ ਹੈ, ਤੋ ਹਮੇ ਅਗਰ ਸਿਜ਼ੇਰੀਅਨ ਪਲਾਨ ਕਰਨਾ ਹੈ ਤੋ ਹਮਾਰਾ ਸਾਥ ਮੇਂ ਹੀ OT ਅਵੇਲੇਬਲ ਹੈ, ਤੋ ਵੀ ਕੈਨ ਗੋ ਫੋਰ ਐਮਰਜੈਂਸੀ ਸਿਜ਼ੇਰੀਅਨਸ ਐਂਡ ਆਲ। ਆਪ ਸਾਰੇ ਦਰਸ਼ਕਾਂ ਨੂੰ ਇਹ ਅਨੁਰੋਧ ਕਰਦੀ ਹਾਂ ਕਿ ਮੈਂ ਜਿਹੜਾ ਇਹ ਨਵਾਂ ਵੈਂਚਰ ਸਟਾਰਟ ਕੀਤਾ ਹੈ ਉਹ 14 ਤਰੀਕ ਨੂੰ ਉਹਦਾ ਮਹੂਰਤ ਹੈ ਔਰ ਉੱਥੇ ਮੈਂ ਆਪਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਦੇ ਹਜ਼ੂਰੀ ਦੇ ਵਿੱਚ ਅਸੀਂ ਸੁਖਮਣੀ ਸਾਹਿਬ ਜੀ ਦਾ ਪਾਠ ਕਰਵਾ ਰਹੇ ਹਾਂ। ਉੱਥੇ ਅਰਦਾਸ ਹੋਏਗੀ, ਇੱਕ ਸ਼ਬਦ ਕੀਰਤਨ ਹੋਏਗਾ ਔਰ ਉਸ ਟਾਈਮ ਦੇ ਵਿੱਚ ਤੁਸੀਂ ਇਸ ਮੌਕੇ ਦੇ ਵਿੱਚ ਜਿੰਨੇ ਵੀ ਮੇਰੇ ਪੇਸ਼ੈਂਟਸ, ਮੇਰੇ ਰਿਸ਼ਤੇਦਾਰ, ਮੇਰੇ ਦੋਸਤ, ਮੇਰੇ ਜਿਹੜੇ ਜਾਣ ਪਹਿਚਾਣ ਵਾਲੇ ਹੈਗੇ ਆ ਉਹਨਾਂ ਨੂੰ ਸਾਰਿਆਂ ਨੂੰ ਮੈਂ ਆਪਣੇ ਹਾਰਦਿਕ ਦਿਲੋਂ ਮੈਂ ਸਵਾਗਤ ਕਰਦੀ ਹਾਂ। ਉਸ ਮੌਕੇ ਦੇ ਵਿੱਚ ਤੁਸੀਂ ਆਓ ਔਰ ਸਾਡੇ ਇਸ ਅਰਦਾਸ ਦੇ ਵਿੱਚ ਸੰਮਿਲਿਤ ਹੋਵੋ ਔਰ ਇਹ ਜਿਹੜੀ ਸਾਡੀ ਓਪਨਿੰਗ ਸੈਰੇਮਨੀ ਹੈ ਉਹ ਸਕਸੈਸਫੁੱਲ ਹੋਵੇ, ਪਰਮਾਤਮਾ ਸਾਡੇ ਉੱਤੇ ਸਾਰਿਆਂ ਦੇ ਉੱਤੇ ਬਖਸ਼ਿਸ਼ ਬਣਾਈ ਰੱਖੇ, ਉਹਦਾ ਮੈਂ ਆਪ ਜੀ ਨੂੰ ਅਨੁਰੋਧ ਕਰਦੀ ਹਾਂ। ਸਾਡੇ ਜਿਹੜੇ ਸਪੈਸ਼ਲ ਰੂਮਸ ਅਵੇਲੇਬਲ ਹੈ ਦੇ ਆਰ ਵੈਰੀ ਮੱਚ ਕੰਫਰਟੇਬਲ ਫੋਰ ਦਾ ਪੇਸ਼ੈਂਟ ਰੀਅਲੀ। ਜਦੋਂ ਅੰਦਰ ਵੜੋਗੇ ਤੁਸੀਂ ਆਣ ਕੇ ਦੇਖੋ ਆ ਸਿਟਿੰਗ ਅਰੇਂਜਮੈਂਟ ਫੋਰ ਦਾ ਅਟੈਂਡੈਂਸ ਐਂਡ ਦੈਟ ਟੂ ਬਹੁਤ ਅੱਛਾ ਹੈ। ਇਹਨੂੰ ਬੈਠਣ ਨੂੰ ਇਹਨੂੰ ਆਪਾਂ ਰਾਤ ਨੂੰ ਜਦੋਂ ਉਹਨੂੰ ਸੋਣਾ ਆ ਇਹਨੂੰ ਆਪਾਂ ਬੈੱਡ ਦੇ ਵਿੱਚ ਕਨਵਰਟ ਕਰ ਸਕਦੇ ਹਾਂ, ਇਹਦੇ ਵਿੱਚ ਅੰਦਰ ਸਮਾਨ ਰੱਖ ਸਕਦੇ ਹਾਂ। ਔਰ ਆਹ ਆਪਣਾ ਪੇਸ਼ੈਂਟ ਬੈੱਡ ਹੈ, ਇਹ ਸਪੈਸ਼ਲਾਈਜ਼ ਰਿਮੋਟ ਕੰਟਰੋਲ ਡਿਵਾਈਸ ਹੈ ਆਪਣਾ ਨਾਲ ਸਪੈਸ਼ਲ ਬੈਕ ਸਕਰੀਨ ਇਜ਼ ਦੇਅਰ ਐਂਡ ਜਿਹੜੇ ਏਸੀ ਨੇ ਉਹ ਵੀ ਐਸੇ ਲੱਗੇ ਨੇ ਜਿਹੜੇ ਵਾਰਮਰ ਐਂਡ ਕੂਲਰ ਦੋਨੋਂ। ਔਰ ਫਸਟ ਕਲਾਸ ਜਿਹੜਾ ਹੈਗਾ ਫਲੱਸ਼ ਬਾਥਰੂਮ ਜਿਹੜੇ ਹੈਗੇ ਆ ਅਟੈਚ ਨਾਲ ਜਿਹੜੇ ਦਿੱਤੇ ਗਏ।